ਮੈਨੂੰ ਕੱਲ ਬੜੀ ਬੜੀ ਹੈਰਾਨਗੀ ਹੋਈ 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 ਮੈਂ ਤਾਂ ਜਿੱਦਾਂ ਦਾ ਸਮਾਂ ਸਾਡੀ ਕੌਮ ਨੇ ਦੇਖਿਆ ਮੇਰੇ ਨਾਮ ਦੇ ਅੱਗੇ ਮਿਸ਼ਨ ਲਗਾ ਤਾ ਕਿ ਸਾਡੇ ਮਹਾਂਪੁਰਸ਼ਾਂ ਦੀ ਮਿਹਰਬਾਨੀ ਹੈ, ਸਤਿਗੁਰ ਰਵਿਦਾਸ ਮਹਾਰਾਜ ਦੀ ਮਿਹਰਬਾਨੀ ਹੈ, ਸਭ ਡਾਕਟਰ ਅੰਬੇਡਕਰ ਸਭ ਮਿਸ਼ਨ ਲਈ ਕੁਛ ਕਰਨੇ ਲਈ ਮਰ ਮਿਟਣਾ ਪੈਂਦਾ। ਕੋਈ ਗੱਲ ਲਿਖਦਾ ਸਾਡੇ ਲਈ ਕੋਈ ਸ਼ਰਮਿੰਦੇ ਬਣੇ ਬਣੇ ਆਉਣ ਵਾਲੀ ਗੱਲ ਹੈ। Yeah.
ਦੂਰ ਦੁਰਾਡੇ ਤੋਂ ਜਿੰਨੀ ਵੀ ਸੰਗਤ ਚੱਲ ਕੇ ਆਈ ਹੈ ਸਾਰਿਆਂ ਦਾ ਇਸਤਕਬਾਲ ਹੈ, ਸਵਾਗਤ ਹੈ ਮੈਡਮ ਅੱਜ ਦੇ ਇਸ ਪ੍ਰੋਗਰਾਮ ਵਿੱਚ। ਉਹ ਕੜੀ ਭਾਗਾਂ ਵਾਲੀਆਂ ਨਸੀਬਾਂ ਵਾਲੀਆਂ ਜਿੱਥੇ ਮਹਾਂਪੁਰਸ਼ਾਂ ਦੇ ਨਾਂ 'ਤੇ ਵਿਜਾੜ ਪਤੰਦਰਾ ਹੋਵੇ, ਅਸੀਂ ਵੀ ਖੁਸ਼ ਨਸੀਬ ਹਾਂ। ਸਾਡੀ ਕੌਮ ਦੇ ਬਹੁਤ ਮੁਸ਼ਕਲ ਨਾਲ ਭਾਗ ਜਾਂਦੇ ਹਨ ਕਿ ਆਪਾਂ ਸਾਰੇ ਇਕੱਤਰਤ ਬਹਿ ਸਕਦੇ ਹਾਂ, ਇਕੱਠੇ ਬਹਿ ਸਕਦੇ ਹਾਂ। ਮੈਂ ਤਾਂ ਜਿੱਦਾਂ ਦਾ ਸਮਾਂ ਸਾਡੀ ਕੌਮ ਨੇ ਦੇਖਿਆ, ਮੈਨੂੰ ਨਹੀਂ ਲੱਗਦਾ ਸੀ ਅੱਜ ਕਰਦਾ ਪ੍ਰਾਣੀ ਸਾਡੇ ਤੋਂ ਇੱਥੇ ਕੋਈ ਬੈਠਾ ਹੁੰਦਾ। ਕਿ ਸਾਡੇ ਮਹਾਂਪੁਰਸ਼ਾਂ ਦੀ ਮਿਹਰਬਾਨੀ ਹੈ, ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਦੀ ਮਿਹਰਬਾਨੀ ਹੈ, ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦੀ ਮਿਹਰਬਾਨੀ ਹੈ। ਇਹ ਉਹਨਾਂ ਮਹਾਂਪੁਰਸ਼ਾਂ ਦਾ ਪਰਉਪਕਾਰ ਹੈ ਸਾਡੇ ਸਿੱਖ ਜਿਨ੍ਹਾਂ ਨੇ ਸਾਡੀ ਕੌਮ ਨੂੰ ਇਕੱਠੇ ਬਹਿਣ ਦਾ ਅਧਿਕਾਰ ਲੈ ਕੇ ਦਿੱਤਾ। ਇਕੱਠੇ ਬਹਿ ਸਕਦੇ ਹਾਂ, ਇਕੱਠੇ ਗੱਲਾਂ ਬਾਤਾਂ ਕਰ ਸਕਦੇ ਹਾਂ। ਇਹ ਤਾਂ ਇੱਕ ਸਮਾਂ ਸੀ ਜਦੋਂ ਝਾੜੂ ਬਣ ਕੇ ਘੁੰਮਦੇ ਸੀ। ਆਓ ਉਹਨਾਂ ਮਹਾਂਪੁਰਸ਼ਾਂ 'ਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਇਕੱਤਰ ਹੋਏ ਹਾਂ ਸਾਰੀ ਸੰਗਤ। ਪਹਿਲਾਂ ਜੈਕਾਰਾ ਲਗਾਵਾਂਗੇ। ਜੋ ਬੋਲੇ ਜੈ ਭੀਮ ਜੈ ਭੀਮ। ਮੈਨੂੰ ਕੱਲ੍ਹ ਬੜੀ ਬੜੀ ਹੈਰਾਨਗੀ ਹੋਈ 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 ਮੇਰੇ ਨਾਮ ਦੇ ਅੱਗੇ ਮਿਸ਼ਨਰੀ ਲਗਾਤਾ ਕਿ ਮਿਸ਼ਨਰੀ ਕਲਾਕਾਰ ਸੂਫੀ ਸਿਕੰਦਰ। ਉਹਦਾ ਰੀਜ਼ਨ ਇਹ ਹੈ ਕਿਉਂਕਿ ਅਸੀਂ ਮਿਸ਼ਨ ਲਈ ਕੁਛ ਨਹੀਂ ਕਰ ਸਕਦੇ, ਅਸੀਂ ਮਿਸ਼ਨ ਲਈ ਕੀ ਕਰ ਸਕਦੇ ਹਾਂ। ਮਿਸ਼ਨ ਲਈ ਕੁਛ ਕਰਨ ਲਈ ਮਰ ਮਿਟਣਾ ਪੈਂਦਾ, ਆਪਣਾ ਪਰਿਵਾਰ ਵਾਰਨਾ ਪੈਂਦਾ, ਘਰ ਬਾਰ ਛੱਡਣਾ ਪੈਂਦਾ। ਸਾਹਿਬ ਸ਼੍ਰੀ ਕਾਂਸ਼ੀ ਰਾਮ ਵਰਗੇ ਮਿਸ਼ਨਰੀ ਨਹੀਂ ਹੋਏ ਦੁਨੀਆਂ 'ਤੇ, ਅਸੀਂ ਕੀ ਮਿਸ਼ਨ ਲਈ ਕਰਨਾ। ਜਦੋਂ ਸਾਨੂੰ ਕੋਈ ਗੱਲ ਲਿਖਦਾ ਸਾਡੇ ਲਈ ਕੋਈ ਇੱਕ ਸ਼ਰਮਿੰਦੇ ਬਣੇ ਬਣਾਉਣ ਵਾਲੀ ਗੱਲ ਹੈ, ਕਿਉਂਕਿ ਅਸੀਂ ਕਲਾਕਾਰ ਹਾਂ।
ਅੱਜ ਅਸੀਂ ਇੱਥੇ ਹਾਂ, ਕੱਲ੍ਹ ਅਸੀਂ ਕਿਸੇ ਮੇਲੇ ਤੇ ਚੱਲੇ ਆਉਂਦੇ। ਮਿਸ਼ਨਰੀ ਇਹ ਬੁਲਾਰੇ ਨੇ, ਇਹਨਾਂ ਬੁਲਾਰਿਆਂ ਨੂੰ ਪੁੱਛੋ ਮਿਸ਼ਨ ਲਈ ਇਹ ਕਿੱਦਾਂ ਚੱਲੇ ਹੋਏ। ਇੱਕ ਵਾਰੀ ਇਹਨਾਂ ਬੁਲਾਰਿਆਂ ਦੀ ਤਾੜੀ ਮਾਰੋ ਜ਼ਰੂਰ ਸਾਨੂੰ, ਕਿਉਂਕਿ ਸੱਚ ਬੋਲਣਾ ਬਹੁਤ ਔਖਾ ਹੈ, ਸੱਚ ਤੇ ਚੱਲਣਾ ਬਹੁਤ ਔਖਾ। ਇਹ ਬੁਲਾਰੇ ਆਪਣਾ ਘਰ ਬਾਰ ਛੱਡ ਕੇ ਆਪਣੇ ਸਮਾਜ 'ਚ ਵੀ ਬੁਰੇ ਬਣਦੇ ਨੇ ਜਦੋਂ ਕੋਈ ਕੌੜੀਆਂ ਗੱਲਾਂ ਕਹਿੰਦੇ ਨੇ। ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਇਹ ਸਾਡੀ ਕੌਮ ਨੂੰ ਦਿਨ ਰਾਤ ਜਾਗਰੂਕ ਕਰਦੇ ਨੇ, ਔਰ ਇੱਦਾਂ ਕਰਦੇ ਰਹੋ ਮਲਕ।